ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਕੇਜਰੀਵਾਲ ਵੱਲੋਂ ਜਿਹੜੇ ਜਿਹੜੇ ਗਰੰਟੀ ਕਾਰਡ ਮਤਲਬ ਕੀ ਦੱਸੇ ਗਏ ਨੇ ਜੀ ਵੀ ਇਹ ਇਹ ਕੰਮ ਕਰਨਗੇ ਜੀ ਉਹ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਕੰਮ ਹੈ ਜੀ ਉਹਨਾਂ ਦਾ ਕਹਿੰਦੇ 24 ਘੰਟੇ ਜਿਹੜੀ ਬਿਜਲੀ ਪ੍ਰੋਵਾਈਡ ਕਰਵਾਈ ਜਾਊਗੀ ਠੀਕ ਹੈ ਜੀ ਤੇ 24 ਘੰਟੇ ਪੀਣ ਵਾਲਾ ਪਾਣੀ ਠੀਕ ਹੈ ਜੀ 20000 ਲੀਟਰ ਮੁਫਤ ਦਿੱਤਾ ਜਾਵੇਗਾ ਤੇ ਹਰ ਬੱਚੇ ਲਈ ਵਿਸ਼ੇ ਪੱਧਰੀ ਸਿੱਖਿਆ ਮੈਨ ਸਿੱਖਿਆ ਦਾ ਕੰਮ ਹੁੰਦਾ ਜੀ ਉਹ ਦਿੱਤੀ ਜਾਵੇਗੀ ਤੇ ਆਧੁਨਿਕ ਹਸਪਤਾਲ ਮੁਹੱਈਆ ਕਰਾਏ ਜਾਣਗੇ ਜੀ ਮਤਲਬ ਕੀ ਜਿਹੜੀ ਸਿਹਤ ਨੂੰ ਲੈ ਕੇ ਵਧੀਆ ਰੱਖੀ ਜਾਵੇਗੀ ਤੇ ਨੈਕਸਟ ਇਹਨਾਂ ਨੇ ਕੀ ਟਾਰਗੇਟ ਹੈ ਜੀ ਕਹਿੰਦੇ ਸਭ ਤੋਂ ਵੱਡੀ ਤੇ ਸਸਤੀ ਪਬਲਿਕ ਟਰਾਂਸਪੋਰਟ ਟਰਾਂਸਪੋਰਟ ਦਾ ਮਤਲਬ ਹੈ ਜੀ ਕੋਈ ਵੀ ਬੱਸ ਸਹੂਿਦਤ ਆ ਗਈ ਉਹਨਾਂ ਦੇ ਵਿੱਚ ਬਹੁਤ ਘੱਟ ਠੀਕ ਹੈ ਜੀ ਕਿਰਾਏ ਦੇ ਵਿੱਚ ਇੱਧਰ ਤੋਂ ਉੱਧਰ ਟਰਾਂਸਪੋਰਟ ਹੋਗੀ ਤੇ ਪ੍ਰਦੂਸ਼ਣ ਤਿੰਨ ਗੁਣਾ ਘਟਾਉਣ ਦਾ ਟੀਚਾ ਜੀ ਇਹਨਾਂ ਦਾ ਤੇ ਦਿੱਲੀ ਦੀ ਕੂੜਾ ਤੇ ਮਲਬੇ ਤੋਂ ਮੁਕਤੀ ਮਤਲਬ ਜਿਹੜੀ ਦਿੱਲੀ ਵਿੱਚ ਜਿਵੇਂ ਕੂੜਾ ਮੁਕਤ ਕੀਤਾ ਗਿਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਹ ਕਰ ਸਕਦੇ ਨੇ ਜੀ ਇਹ ਤੇ ਔਰਤਾਂ ਦੀ ਸੁਰੱਖਿਆ ਨੂੰ ਵਧਾਉਣ ਵਾਸਤੇ ਸੀਸੀਟੀਵੀ ਕੈਮਰੇ ਵੀ ਮਤਲਬ ਕਿ ਲਗਾਏ ਜਾ ਸਕਦੇ ਨੇ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਕੱਚੀਆਂ ਕਲੋਨੀਆਂ ਨੇ ਜੀ ਕੱਚੀਆਂ ਕਲੋਨੀਆਂ ਮਤਲਬ ਜਿਹੜੇ ਗਰੀਬ ਝੁੱਗਿਆਂ ਦੇ ਵਿੱਚ ਰਹਿੰਦੇ ਨੇ ਵਿਚਾਰੇ ਉਹਨਾਂ ਲਈ ਮਤਲਬ ਠੀਕ ਹੈ ਵੱਡੇ-ਵੱਡੇ ਮਤਲਬ ਘਰ ਬਣਾਣੇ ਨੇ ਤੇ ਝੁੱਗਿਆਂ ਦੀ ਥਾਂ ਵੱਡੇ-ਵੱਡੇ ਮਕਾਨ ਬਣਾਏ ਜਾਣਗੇ ਜੀ ਤੇ ਤੁਹਾਨੂੰ ਇਹਨਾਂ ਦੀ ਸੋਚ ਕਿਵੇਂ ਲੱਗੀ ਤੇ ਇਹ ਆਪਦੇ ਠੀਕ ਹੈ ਪੂਰੇ ਕਰਨਗੇ ਵਾਦੇ ਜਾਂ ਨਹੀਂ ਕਮੈਂਟ ਜਰੂਰ ਕਰਨਾ ਸਾਡੇ ਹਿਸਾਬ ਨਾਲ 101% ਦੇਖੋ ਜਿਤ ਤੱਕ ਸਾਡੇ ਹਿਸਾਬ ਨਾਲ ਲੱਗਦਾ ਵੀ ਜਰੂਰ ਇਹ ਪੂਰਾ ਕਰਨਗੇ ਬਾਕੀ ਤੁਹਾਡੇ ਰਿਕਵਰਡਿੰਗ ਕੀ ਲੱਗਦਾ ਜਰੂਰ ਰਾਏ ਦੇਣੀ ਹੈ 22 ਲਿਖ ਕੇ ਜਾਂ ਐਨ ਲਿਖ ਕੇ ਠੀਕ ਹੈ ਜੀ 22 ਦਾ ਮਤਲਬ Yes ਤੇ ਐਨ ਦਾ ਮਤਲਬ No ਤੇ ਬਹੁਤ ਬਹੁਤ ਧੰਨਵਾਦ ਕੋਈ ਵੀ ਹੋਰ ਵੀਡੀਓ ਚਾਹੀਦੀ ਹੈ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਰਿਪਲਾਈ ਜਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੀ ਜ ਆਪਣੇ ਚੈਨਲ ਨੂੰ